ਇਹੋ ਜਿਹਾ ਕੀ ਡਰ ਪੈ ਗਿਆ ਮਨ ਦੇ ਵਿੱਚ? ਝੋਟਾ ਬੈਠ ਕਿਉਂ ਗਿਆ ਕਿ ਝੋਟੇ ਨੇ ਨਸ਼ਾ ਮੁਕਤ ਕਰਤਾ ਸਾਰਾ ਪੰਜਾਬ? ਡਾਂਗ ਤਾਂ ਆਪਾਂ ਧਰੀ ਨੀ, ਕੌਣ ਕਹਿੰਦਾ ਡਾਂਗ ਧਰਤੀ? ਡਾਂਗ ਨੀ ਧਰੀ, ਡਾਂਗ ਤਾਂ ਰੋਜ਼ ਕਿਤੇ ਨਾ ਕਿਤੇ ਖੜਕਾ ਕੇ ਆਈ ਹੈ ਡੇਲੀ। ਵਾਲੇ ਹੁਣ ਲਾ ਦਿੰਦੇ ਨੇ ਇਲਜ਼ਾਮ ਵੀ ਫਲਾਨਾ ਬੰਦਾ ਇੰਨੇ ਪੈਸੇ ਖਾ ਗਿਆ, ਫਲਾਨਾ ਇੰਨੇ ਖਾ ਗਿਆ, ਮੇਰੇ ਤੇ ਲਾਵੇ ਕੋਈ ਮੇਰਾ ਸਾਲਾ। ਮੈਨੂੰ ਕੋਈ ਵੀ ਬੰਦਾ ਪੂਰੇ ਵਰਲਡ ਚੋਂ ਐਂ ਕਹਿੰਦੇ ਝੋਟੇ ਨੇ ਸਾਥੋਂ ਪੈਸੇ ਮੰਗੇ ਨੇ, ਜਿੱਦਾਂ ਆਪਾਂ ਇਹ ਕੰਮ ਸ਼ੁਰੂ ਕਰੇਗਾ, ਕੋਈ ਇੱਕ ਨਾਰਾ ਹੀ ਕਹਿੰਦੇ ਵੀ ਝੋਟੇ ਨੂੰ ਅਸੀਂ ਪੈਸਾ ਇਕੱਠਾ ਕਰਕੇ ਪਾਇਆ। ਸੱਤ ਪਰਚੇ ਆਪਾਂ ਖੱਟ ਲਏ, ਜਿਹੜੀ ਤੂੰ ਕਹਿਣਾ ਕੀ ਖੱਟਿਆ, ਸੱਤ ਪਰਚੇ ਖੱਟ ਲਏ। ਆਪ ਨੂੰ ਲੱਗਦਾ ਕਿ ਛੱਡ ਦਈਏ ਆਪਾਂ ਕੀ ਲੈਣਾ? ਕਿਉਂ ਛੱਡ ਦਈਏ ਜਮਾਂ ਨਹੀਂ ਛੱਡਦੇ? ਹੁਣ ਜਦੋਂ ਖੁੱਲੀ ਸਿਰ ਦੇ ਫਿਰ ਮੁੜਾ ਕਿ 7 or 17 ਹੋਰ ਪਾ ਦੇਣ ਤਾਂ ਇਹ ਸਿਰਾ ਹੀ ਜਾਵਾਂਗੇ, ਵੱਧੋ ਵੱਧ ਕੀ ਕਰਨਗੇ ਯਾਰ, ਵੱਧੋ ਵੱਧ ਮਰਵਾ ਦੇਣਗੇ, ਜੇਲ੍ਹ 'ਚ ਕੁਛ ਦਵਾ ਦੇਣਗੇ, ਕੀ ਹੋ ਜੂਗਾ? ਜੇ ਤੇ ਇਹ ਤੋਂ ਮੈਨੂੰ 1 ਰੁਪਿਆ ਆਇਆ ਹੋਵੇ ਮੈਂ ਗੱਲ ਘਟਾ ਦੂੰਗਾ ਆਪਦੀ ਸੋਸ਼ਲ ਮੀਡੀਆ ਤੋਂ। ਮੈਨੂੰ ਮੇਰੇ ਨਾਲ 18 ਬੰਦਿਆਂ ਦੀ ਟੀਮ ਹੈ, 18 'ਚੋਂ ਸ਼ਾਇਦ 1 ਨੂੰ ਆਇਆ ਹੋਵੇ, 17 ਬੰਦਿਆਂ ਨੂੰ ਜੇ 1 ਰੁਪਿਆ ਕਿਸੇ ਨੂੰ ਵੀ ਆਇਆ ਹੋਵੇ ਜਿੱਥੇ ਕਹਿਣਗੇ ਮੈਂ ਗੱਲ ਬੜਾਉਂਗਾ। ਸਰਕਾਰਾਂ ਤਾਂ ਯਾਰ ਆਹ ਤਾਂ ਜਮੀ, ਇਹ ਤਾਂ ਜਿਹੜਾ ਭਗਵੰਤ ਮਾਨ ਆ ਨਾ ਇਹਨੇ ਤਾਂ ਜਮਾਂ ਕੀ ਕਹੇਗਾ ਪੰਜਾਬ ਨੂੰ ਵੇਚਤਾ, ਇਹ ਵਿੱਚ ਇਹ ਬੀਜੇਪੀ ਦੀ ਵੀ ਟੀਮ ਹੈ ਇਹ ਬੰਦਾ। ਸਮਾਜ ਸੇਵਾ ਢਿੱਡ ਭਰ ਦਿੰਦੀ ਆ, ਸਮਾਜ ਸੇਵਾ ਢਿੱਡ ਭਰਦੀ। ਹੁਣ ਤੂੰ ਕਹਿਣਾ ਲੈਣਾ ਕੀ ਹੈ, ਤੈਨੂੰ ਮੈਂ ਦੱਸਦਾ ਗੱਲ, ਜਮਾਂ ਦਿਲ ਨੂੰ ਸਕੂਨ, ਚੈਨ ਦੀ ਨੀਂਦ, ਪੂਰਾ ਘੈਂਟ, ਅਤੇ ਯਾਰ ਆਪਦੇ ਮਾਂ ਪਿਓ ਦੀ ਨਿਗਾਹ 'ਚ ਇੱਜ਼ਤ, ਅਤੇ ਖੱਟ ਕੇ ਕੁਛ ਨਹੀਂ ਜਾਂਦੇ। ਤੂੰ ਆਹ ਗੱਲ ਲਿਖ ਲਈ ਨਾ ਪਾਈ, ਰਿਕਾਰਡ ਕਰਕੇ ਰੱਖ ਲਈ, ਜਿੱਦੇ ਜਾਵਾਂਗੇ ਉਹਦੇ ਪਤਾ ਲੱਗੂ ਤੈਨੂੰ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠੀ, ਉਹ ਆਵਾਜ਼ ਨਸ਼ੇ ਦੇ ਖਿਲਾਫ ਸੀ, ਉਹ ਆਵਾਜ਼ ਇੱਕ ਆਮ ਨੌਜਵਾਨ ਦੀ ਸੀ, ਉਹ ਆਵਾਜ਼ ਹਰ ਘਰ ਤੱਕ ਪਹੁੰਚੀ, ਉਹ ਆਵਾਜ਼ ਹਰ ਪਿੰਡ ਤੱਕ ਪਹੁੰਚੀ। ਉਹ ਆਵਾਜ਼ ਇਹ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਉਹ ਨੌਜਵਾਨ ਇਹ ਵੀ ਦਾਅਵਾ ਕਰਦਾ ਸੀ ਕਿ ਅਸੀਂ ਮਾਨਸੇ ਨੂੰ ਜਿਹੜਾ ਨਸ਼ਾ ਮੁਕਤ ਕਰਦਾ, ਉਸ ਤੋਂ ਬਾਅਦ ਉਹ ਨੌਜਵਾਨ ਨੂੰ ਜਿਹੜੀ ਆ ਜੇਲ੍ਹ ਵੀ ਹੁੰਦੀ ਆ। ਮੈਂ ਗੱਲ ਪਰਵਿੰਦਰ ਝੋਟੇ ਦੀ ਕਰ ਰਿਹਾ, ਮਾਨਸਾ ਵਾਲੇ ਝੋਟੇ ਦੀ ਕਰ ਰਿਹਾ। ਪਰ ਇਹਨਾਂ ਦਿਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸਰਗਰਮੀ ਝੋਟੇ ਦੀ ਨਹੀਂ ਹੈ। ਕੀ ਗੱਲ, ਜੇਲ੍ਹ ਤੋਂ ਆਉਣ ਤੋਂ ਬਾਅਦ ਝੋਟਾ ਠੰਡਾ ਹੋ ਗਿਆ? ਕੀ ਗੱਲ, ਜੇਲ੍ਹ ਦੇ ਵਿੱਚੋਂ ਛੁੱਟਣ ਤੋਂ ਬਾਅਦ ਝੋਟੇ ਨੂੰ ਕਿਸੇ ਤਰ੍ਹਾਂ ਦਾ ਡਰ ਪੈ ਗਿਆ ਜਾਂ ਝੋਟੇ ਨੂੰ ਡਰਾ ਦਿੱਤਾ ਗਿਆ? ਝੋਟਾ ਹੁਣ ਬੈਠ ਕਿਉਂ ਗਿਆ? ਕਿਉਂਕਿ ਇਹਨਾਂ ਸਮਿਆਂ ਦੇ ਵਿੱਚ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ, ਪੰਜਾਬ ਦੇ ਵਿੱਚ ਨਸ਼ਾ ਜਿਉਂਦਾ ਤਿਉਂ ਚੱਲਦਾ ਆ। ਮਾਵਾਂ ਦੀਆਂ ਕੁੱਖਾਂ ਖਾਲੀ ਹੁੰਦੀਆਂ ਨੇ, ਭੈਣਾਂ ਦੇ ਸੁਹਾਗ ਜਿਹੜੇ ਉਹ ਵੀ ਉੱਜੜ ਰਹੇ ਨੇ, ਪਰ ਆਖਰ ਇੱਕ ਆਸ ਜਿਹੜੀ ਲੋਕਾਂ ਨੂੰ ਵੱਜੀ ਸੀ ਕਿ ਯਾਰ ਇਹ ਨੌਜਵਾਨ ਕੁਛ ਨਾ ਕੁਛ ਕਰਦੇ, ਅਤੇ ਬਹੁਤਾ ਕੁਛ ਹੋਇਆ ਵੀ ਸੀ, ਬਹੁਤੇ ਪਿੰਡਾਂ 'ਚ ਬਦਲਾਅ ਹੋਇਆ ਵੀ ਸੀ, ਪਰ ਕਾਰਨ ਕੀ ਬਣਿਆ ਕਿ ਝੋਟਾ ਬੈਠ ਕਿਉਂ ਗਿਆ? ਮੇਰੇ ਨਾਲ ਝੋਟਾ ਹੀ ਹੈ, ਉਸਦੇ ਨਾਲ ਗੱਲਬਾਤ ਕਰਾਂਗੇ। ਝੋਟੇ, ਸਭ ਤੋਂ ਪਹਿਲਾਂ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਝੋਟੇ, ਪਹਿਲਾ ਸਵਾਲ ਹੀ ਇਹ ਆ, ਜਦੋਂ ਤੋਂ ਜੇਲ੍ਹ ਤੋਂ ਬਾਅਦ ਆ ਗਿਆ, ਡਰਾਤਾ, ਡਰ ਗਿਆ ਕਿ ਬਸ ਯਾਰ ਬਹੁਤ ਕਰ ਲਿਆ ਹੁਣ ਨਹੀਂ, ਇਹੋ ਜਿਹਾ ਕੀ ਡਰ ਪੈ ਗਿਆ ਮਨ ਦੇ ਵਿੱਚ? ਝੋਟਾ ਬੈਠ ਕਿਉਂ ਗਿਆ ਕਿ ਝੋਟੇ ਨੇ ਨਸ਼ਾ ਮੁਕਤ ਕਰਤਾ ਸਾਰਾ ਪੰਜਾਬ? ਦੇਖ ਵੀਰੇ, ਯਸ ਗੱਲ ਆਏ ਹੈ, ਨੰਬਰ 1 ਤਾਂ ਆਪਾਂ ਕੋਈ ਬੈਠੇ ਬੂਠੇ ਨਹੀਂ, ਆਪਾਂ ਤਾਂ ਉਦੋਂ ਵੀ ਤਾਕੜੇ ਹੋ ਗਏ। ਪਤਾ ਗੱਲ ਕੀ ਹੋਈ ਹੈ, ਹੁਣ ਜਿਹੜੀਆਂ ਆਪਣੀਆਂ ਸਰਗਰਮੀਆਂ ਸੀ ਉਹ ਲੋਕਾਂ ਨੂੰ ਦਿਖ ਨਹੀਂ ਰਹੀਆਂ। ਕਿਉਂ ਨਹੀਂ ਦਿਖ ਰਹੀਆਂ? ਮੰਨ ਲੈ ਮੈਂ ਹੋ ਗਿਆ, ਤੂੰ ਮੇਰਾ ਪੇਜ 3 ਮਹੀਨੇ ਦਾ ਬੰਦ ਕਰਿਆ ਹੋਇਆ, ਮੇਰਾ ਪਰਸਨਲ ਪੇਜ ਹੈ, ਉੱਥੇ ਮੈਂ ਕੋਈ ਪੋਸਟ ਨਹੀਂ ਪਾ ਸਕਦਾ ਆਪਦੀ, ਨਾ ਲਾਈਵ ਕਰ ਸਕਾਂ। ਉਹ ਕੱਲ੍ਹ ਪਤਾ ਨਹੀਂ ਪਰਸੋਂ ਫਿਰ ਖੁੱਲਿਆ ਸੀ, ਜੋ ਤੇ ਮੈਂ ਵੀਡੀਓ ਪਾ ਤੀ ਉਹ ਫਿਰ ਬੰਦ ਕਰ ਦਿੰਦੇ ਆ। 18 or 20 ਵਿਊ ਹੁੰਦੇ ਨੇ ਉੱਥੇ, ਜਿਹੜੇ ਮੇਰੇ ਨਾਲ ਦੇ 16-17 ਮੁੰਡੇ ਨੇ ਉਹਨਾਂ ਨੂੰ 20 ਤੋਂ ਵੱਧ ਵਿਊ ਨਹੀਂ ਹੁੰਦੇ। ਹੁਣ ਕਈ ਪੱਤਰਕਾਰ ਪਾ ਦਿੰਦੇ ਨੇ ਵਿਚਾਰੇ ਤੇਰੇ ਵਰਗੇ, ਜਦੋਂ ਟਾਈਮ ਲੱਗਦਾ ਆਉਂਦੇ ਆ, ਹਾਂ ਜਾਂ ਜਦੋਂ ਹੁਣ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਸਰਗਰਮੀ ਹੈ, ਜਿਹੜਾ ਮੇਰੀ ਟਾਈਮ ਲਾਈਨ ਜਾ ਕੇ ਚੈੱਕ ਕਰਦਾ ਉਹਨੂੰ ਤਾਂ ਪਤਾ ਲੱਗ ਜਾਂਦਾ ਹੈ। ਹੁਣ ਟਾਈਮ ਲਾਈਨ, ਹੁਣ ਜਦੋਂ ਉਹਨਾਂ ਨੇ ਨਿਊਜ਼ ਫੀਡ 'ਚ ਹੀ ਕੱਢਤਾ ਸਰਕਾਰ ਦਾ ਪੇਜ ਆ ਇਹ, ਨਿਊਜ਼ ਫੀਡ 'ਚੋਂ ਆਪਣੀ ਖਬਰ ਨਹੀਂ ਚੱਲਦੀ। ਜੇਲ੍ਹ ਤੋਂ ਆਉਣ ਤੋਂ ਬਾਅਦ ਮੈਂ 10 ਤਾਂ ਦੁਕਾਨਾਂ ਬੰਦ ਕਰਾਈਆਂ ਨੇ, ਸੀਲ ਕਰਾਈਆਂ ਨੇ, ਲਾਇਸੈਂਸ ਕੈਂਸਲ ਕਰਾਏ ਨੇ 10 ਦੁਕਾਨਾਂ ਦੇ, ਚਿੱਟੇ ਵਾਲੇ ਫੜੇ ਨੇ 10-12।
ਰੋਜ਼ ਨਿੱਤ ਦੀ ਸਰਗਰਮੀ ਹੈ। ਹਾਂ ਹੁਣ ਪਿਛਲੇ 5-6 ਦਿਨਾਂ ਤੋਂ ਆ ਠੰਡ ਕਰਕੇ ਸਾਹਿਬਜ਼ਾਦੇ ਦਿਨ ਸੀ, ਉਦੋਂ ਜ਼ਰੂਰ ਅਸੀਂ ਚੁੱਪ ਕਰੇ ਸੀ, ਆ ਪਰਸੋਂ ਤੋਂ ਫਿਰ ਅਸੀਂ ਪਿੰਡ ਪਿੰਡ ਸ਼ੁਰੂ ਕਰ ਦਾਂਗੇ। ਬਾਕੀ ਭਾਈ ਅਸੀਂ ਤਾਂ ਉਵੇਂ ਚੱਲੀ ਜਾਂਦੇ ਹਾਂ, ਸਾਡਾ ਤਾਂ ਹੁਣ ਤੂੰ ਮੇਰੀ ਨਿਊਜ਼ ਆਪਾਂ ਤੁਹਾਨੂੰ ਦੇ ਦਿੰਦੇ ਹਾਂ ਵੀਡੀਓ ਪਿਛਲੇ ਦਿਨ ਕਿੰਨੀਆਂ ਸਰਗਰਮੀਆਂ ਹੋਈਆਂ ਨੇ। ਗੱਲ ਕਰ ਯਾਰ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਬਹੁਤ ਭਾਈ ਕਰਪਟ ਅਤੇ ਮਾੜਾ ਹੈ। ਲੋਕ ਵੀ ਵਿਚਾਰੇ ਹੁਣ ਕੇਰਾਂ ਜਦੋਂ ਕ੍ਰਾਂਤੀ ਆਉਂਦੀ ਆ, ਪੂਰਾ ਵੇਵ ਆਉਂਦੀ ਆ, ਉਦੋਂ ਜਾਗਰੂਕ ਹੋ ਜਾਂਦੇ ਨੇ, ਫਿਰ ਠੰਡੇ ਹੋ ਜਾਂਦੇ ਨੇ। ਕੰਮ ਤਾਂ ਹੁਣ ਇਹ ਲੋਕਾਂ ਦੀ ਹੈ, ਹੁਣ ਇਕੱਲਾ ਝੋਟਾ ਤਾਂ ਹੁਣ ਮੈਂ ਤਾਂ ਕਿਹਦੇ ਕਿਹਦੇ ਸਿਰ 'ਚ ਟੱਕਰਾਂ ਮਾਰੀ ਜਾਵਾਂ, ਹੈ ਨਾ। ਸਭ ਨੂੰ ਚਾਹੀਦਾ ਵੀ ਉਹ ਰੋਕਣ ਯਾਰ, ਹਰੇਕ ਬੁੱਧੀਜੀਵੀ, ਹਰੇਕ ਬੰਦਾ, ਕੋਈ ਵੀ ਜਿਹੜਾ ਬੋਲਦਾ ਯਾਰ। ਮੈਂ ਦੇਖਦਾ ਯਾਰ ਜ਼ਿਆਦਾਤਰ ਲੋਕ ਬੋਲਦੇ ਨੇ ਮੁੱਦਿਆਂ 'ਤੇ ਬਹੁਤ ਚੰਗੇ, ਕੁਛ ਕੀ ਬੰਦੇ ਬੋਲਦੇ ਨੇ, ਜ਼ਿਆਦਾ ਬੋਲਦੇ ਵੀ ਨਹੀਂ ਮੁੱਦਿਆਂ 'ਤੇ ਵੀ। ਗੱਲ ਕਰ ਯਾਰ ਉਹ ਵੀ ਨਸ਼ਿਆਂ 'ਤੇ ਨਹੀਂ ਬੋਲਦੇ ਯਾਰ, ਕੀ ਗੱਲ, ਕਾਹਤੋਂ ਨਹੀਂ ਬੋਲਦੇ? ਹੁਣ ਤੁਸੀਂ ਸਮਝਦਾਰ ਹੋ ਜਾਂ ਮੈਨੂੰ ਪੁੱਛ ਲਓ ਕਾਹਤੋਂ ਨਹੀਂ ਬੋਲਦੇ, ਨਹੀਂ ਬੋਲਦੇ ਨਸ਼ਿਆਂ 'ਤੇ। ਹੁਣ ਮੈਂ ਇਕੱਲਾ ਬੋਲੀ ਜਾਂਦਾ, ਮੇਰੀ ਆਵਾਜ਼ ਬੰਦ ਕਰਦੇ, ਤੁਹਾਨੂੰ ਪਤਾ ਹੀ ਆਵਾਜ਼ ਚੱਲਣ ਨਹੀਂ ਦਿੰਦੇ। ਤੂੰ ਪਾ ਦੇ ਵੀਡੀਓ, ਐਂ ਨਹੀਂ ਪਤਾ ਤੈਨੂੰ ਸਟ੍ਰਾਈਕਾਂ ਵੱਜ ਜਾਣਾ, ਤੇਰਾ ਪੇਜ ਤੜਾ ਦੇਣਾ, ਚੱਕ ਦੇਣਾ, ਐਂ ਆ ਗੱਲ। ਹੁਣ ਮੈਂ ਹੁਣ ਕਿਵੇਂ ਆਵਾਜ਼ ਹੁਣ ਕੋਈ ਕਿਵੇਂ ਚਲਾਵਾਂ, ਕਿਵੇਂ ਨਾ ਚਲਾਵਾਂ? ਕਿਸੇ ਤਰ੍ਹਾਂ ਦਾ ਡਰ ਡੁੱਕਰ, ਜਿਵੇਂ ਤੁਸੀਂ ਕਹਿੰਦੇ ਹੋ ਕਿ ਇੱਕ ਪਾਸੇ ਕਿ ਯਾਰ ਲੋਕ ਨਹੀਂ ਕੁਛ ਕਰ ਰਹੇ, ਕਿਤੇ ਕਈ ਵਾਰੀ ਇਹ ਹੁੰਦਾ ਵੀ ਬੰਦਾ ਆਹ ਬਹੁਤ ਕੁਛ ਕਰਦਾ, ਫਿਰ ਉਸ ਤੋਂ ਬਾਅਦ ਆਪਦੇ ਦਿਮਾਗ 'ਚ ਆ ਜਾਂਦਾ ਕਿ ਯਾਰ ਲੋਕ ਤਾਂ ਸਾਥ ਦੇ ਨਹੀਂ ਰਹੇ, ਲੋਕ ਤਾਂ ਮੇਰੇ ਨਾਲ ਨਹੀਂ ਖੜਦੇ, ਮੈਂ ਕੀ ਕਰਾਂ, ਕਿ ਕਿਸੇ ਤਰ੍ਹਾਂ ਦਾ ਡਰ ਡੁੱਕਰ। ਜਸ ਤੂੰ ਇੱਕ ਚੀਜ਼ ਦੇਖੀ ਹੋਊ, ਜਿਵੇਂ ਲੋਕਾਂ ਨੇ ਆਪਣਾ ਸਾਥ ਦਿੱਤਾ, ਅੱਜ ਤੱਕ ਪੰਜਾਬ 'ਚ ਸ਼ਾਇਦ ਕਿਸੇ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਲੋਕਾਂ ਨੇ ਆਪਣਾ ਬਹੁਤ ਸਾਥ ਦਿੱਤਾ, ਲੋਕ ਹੁਣ ਵੀ ਬਹੁਤ ਸਾਥ ਦਿੰਦੇ ਨੇ, ਮਾਵਾਂ ਦੁਆਵਾਂ ਦਿੰਦੀਆਂ ਨੇ, ਹਰੇਕ ਵਰਗ ਸਾਥ ਦਿੰਦਾ, ਦੁਖੀ ਹਰੇਕ ਵਰਗ ਹੈ। ਜਿਵੇਂ ਹੁਣ ਮੈਨੂੰ ਰੋਜ਼ 4-5 ਬੰਦੇ ਮਿਲਣ ਆਉਂਦੇ ਨੇ, 4-5 ਆਉਂਦੇ ਨੇ, ਆਉਂਦੇ ਨਸ਼ਿਆਂ ਵਾਲੀ ਨੇ ਵਿਚਾਰੇ, ਵੀ ਸਾਡਾ ਜਵਾਕ ਨਸ਼ਾ ਕਰਦਾ ਆ, ਤਰਤਾ ਆਉਂਦਾ, ਜਾਂ ਕਹਿੰਦੇ ਸਾਡਾ ਨਸ਼ਾ ਵਿਕਦਾ। ਉਹ ਕਹਿੰਦੇ ਨੇ, ਜ਼ਿਆਦਾਤਰ ਉਹਨਾਂ ਦਾ ਕਹਿਣਾ ਇਹ ਹੁੰਦਾ ਵੀ ਸਾਡੇ ਨਸ਼ਾ ਵਿਕਦਾ, ਅਸੀਂ ਅੱਗੇ ਨਹੀਂ ਆਉਣਾ ਚਾਹੁੰਦੇ, ਵੀ ਤੂੰ ਆ ਕੇ ਕੁਛ ਕਰ। ਕਈ ਥਾਂ ਲੋਕ ਅੱਗੇ ਵੀ ਲੱਗਦੇ ਨੇ, ਫਿਰ ਉਹਨਾਂ ਨੂੰ ਚਾਰੋਂ ਪਾਸਿਓਂ ਵਗਲ ਲੈਂਦੇ ਨੇ, ਕਿਸੇ ਨੂੰ ਕਿਵੇਂ ਵਗਲਿਆ, ਕਿਸੇ ਨੂੰ ਕਿਵੇਂ ਵਗਲਿਆ। ਹੁਣ ਆਪਾਂ ਤਿੰਨੋਂ ਤਿੰਨੋਂ ਦਾ ਵਗਲੇ ਗਏ ਹਾਂ, ਨਾ ਆਪਾਂ ਇਹਨਾਂ ਤੋਂ ਖਰੀਦਦੇ ਹਾਂ, ਨਾ ਹੀ ਆਪਾਂ ਡਰੀਏ, ਨਾ ਅੱਜ ਡਰੀਏ, ਨਾ ਕੱਲ੍ਹ ਡਰੀਏ, ਨਾ ਹੀ ਵਿਕੀ। ਆਪਾਂ ਤਾਂ ਯਾਰ ਮਰਦੇ ਦਮ ਤੱਕ ਖਬਰੇ ਕਿੰਨੀ ਜ਼ਿੰਦਗੀ ਹੈ ਕਿੰਨੀ, ਨਾ ਐਂ ਲੜਦੇ ਰਹਾਂਗੇ। ਕੰਮ ਕੋਈ ਠੰਡਾ ਨਹੀਂ ਕਰਿਆ, ਕੰਮ ਤੂੰ ਹੁਣ ਆਪਣੇ ਮਾਨਸਾ 'ਚ ਪੁੱਛ ਲਾ, ਮੈਂ ਤਾਂ ਨਿੱਤ ਕਰੀ ਜਾਂਦਾ ਨਾ, ਰੋਜ਼ ਦੁਕਾਨ ਮੂਹਰੇ ਕਦੇ ਕੋਈ ਖੜਾ ਹੁੰਦਾ, ਕਦੇ ਕੋਈ ਖੜਾ ਹੁੰਦਾ, ਵੀ ਜਿੰਨਾ ਕੁ ਆਪਾਂ ਕੰਟਰੋਲ ਕਰਨਾ। ਆਪਾਂ ਤਾਂ ਯਾਰ ਗੱਲ ਮਕਾ ਲੋਕਾਂ ਦੇ ਪੁੱਤ ਬਚਾਉਣੇ ਆ, ਜਮਾਂ ਪੁੱਤ ਬਚਾਉਣੇ ਆ, ਪਿਓਰ ਦਿਲ ਨਾਲ ਪੁੱਤ ਬਚਾਉਣਾ, ਨਾ ਤਾਂ ਕੁਛ ਖੱਟਣਾ। ਦੇਖੋ ਮੈਂ ਸ਼ਰੇਆਮ ਕਹਿਣਾ, ਮੈਨੂੰ ਕੋਈ ਵੀ ਬੰਦਾ ਪੂਰੇ ਵਰਲਡ 'ਚੋਂ ਐਂ ਕਹਿੰਦੇ ਝੋਟੇ ਨੇ ਸਾਥੋਂ ਪੈਸੇ ਮੰਗੇ ਨੇ, ਜਿੱਦਾਂ ਆਪਾਂ ਇਹ ਕੰਮ ਸ਼ੁਰੂ ਕਰੇਗਾ, ਕੋਈ ਇੱਕ ਨਾਰਾ ਹੀ ਕਹਿੰਦੇ ਵੀ ਝੋਟੇ ਨੂੰ ਅਸੀਂ ਪੈਸਾ ਇਕੱਠਾ ਕਰਕੇ ਪਾਇਆ, ਕੋਈ ਮੈਨੂੰ ਹੋਰ ਬੰਦਾ। ਹਾਂ ਮੇਰਾ ਆਦੀ ਮਾਸੀ ਦਾ ਮੁੰਡਾ, ਉਹ ਤੋਂ ਮੈਂ ਜਿੰਨੇ ਮਰਜ਼ੀ ਮੰਗਾਵਾਂ, ਸਕੀ ਮਾਸੀ ਦੇ ਮੁੰਡੇ ਨੇ, ਸਕੇ ਚਾਚੇ ਦੇ, ਮੇਰੇ ਰਿਸ਼ਤੇਦਾਰ ਨੇ, ਜਾਂ ਮੇਰੇ ਇੱਕ ਦੋ ਦੋਸਤ ਨੇ, ਉਹਨਾਂ ਤੋਂ ਮੈਂ ਜਿੰਨੇ ਮਰਜ਼ੀ ਲਵਾਂ, ਜਾਂ ਸਾਡੇ ਮਾਨਸਾ 'ਚ ਕੁਛ ਕੁ ਬੰਦੇ ਨੇ, ਉਹ ਕੰਮ ਜਿਵੇਂ ਆਪਾਂ ਕਹਿ ਦਈਏ ਵੀ ਅਸੀਂ ਸੇਵਾ ਕਰਦੇ ਹਾਂ, ਸਮਾਜ ਸੇਵਾ ਕਰਦੇ ਹਾਂ, ਜਿਵੇਂ ਲੋਕ ਕਹਿ ਦਿੰਦੇ ਨੇ, ਵਾਲੇ ਕਹਿੰਦੇ ਸੀ, ਜਾਂ ਆਪਣਾ ਆਹ ਪੇਜ ਹੈ, ਆਹ ਮੇਰਾ ਪੇਜ ਦੇਖ ਲੈ, ਇਹ ਵੈਸੇ ਤਾਂ ਜਦੋਂ ਮੈਂ ਚਲਾਇਆ ਉਹਦਾ ਬੰਦ ਹੀ ਹੈ, ਜੇ ਤਾਂ ਇਹ ਤੋਂ ਮੈਨੂੰ ਇੱਕ ਵੀ ਰੁਪਈਆ ਆਇਆ ਹੋਵੇ, ਮੈਂ ਗੱਲ ਘਟਾ ਦੂੰਗਾ ਆਪਦੀ ਸੋਸ਼ਲ ਮੀਡੀਆ ਤੋਂ। ਮੈਨੂੰ ਮੇਰੇ ਨਾਲ 18 ਬੰਦਿਆਂ ਦੀ ਟੀਮ ਹੈ, 18 'ਚੋਂ ਸ਼ਾਇਦ ਇੱਕ ਅੱਧੇ ਨੂੰ ਆਇਆ ਹੋਵੇ, 17 ਬੰਦਿਆਂ ਨੂੰ ਜੇ ਇੱਕ ਵੀ ਰੁਪਈਆ ਕਿਸੇ ਨੂੰ ਵੀ ਆਇਆ ਹੋਵੇ, ਜਿੱਥੇ ਕਹਿਣਗੇ ਮੈਂ ਗੱਲ ਬੜਾਉਂਗਾ। ਅਤੇ ਫਿਰ ਕੰਮ ਛੱਡ ਕੇ ਕਿਉਂ ਤੁਰੇ ਫਿਰਦੇ? ਤੁਸੀਂ ਕਿਹਾ 17 ਬੰਦੇ ਹੋ ਤੁਸੀਂ, ਫਿਰ ਆਪਦੇ ਕੰਮ ਛੱਡ ਕੇ ਕੀ ਤੁਰੇ ਫਿਰਦੇ? ਤੁਸੀਂ ਕਿਹਾ ਮੈਂ ਲੈਣਾ ਕੁਛ ਨਹੀਂ, ਮੈਨੂੰ ਹਾਲੇ ਤੱਕ ਮੈਂ ਬਾਹਰੋਂ ਕਿਸੇ ਤੋਂ ਲਿਆ ਨਹੀਂ, ਤਾਂ ਫਿਰ ਸਮਾਜ ਸੇਵਾ ਢਿੱਡ ਭਰ ਦਿੰਦੀ ਆ? ਸਮਾਜ ਸੇਵਾ ਢਿੱਡ ਭਰਦੀ, ਹੁਣ ਤੂੰ ਕਹਿਣਾ ਲੈਣਾ ਕੀ ਹੈ, ਤੈਨੂੰ ਮੈਂ ਦੱਸਦਾ ਗੱਲ। ਅਸੀਂ ਆਪ ਇਹਨਾਂ ਹਾਲਾਤਾਂ 'ਚੋਂ ਨਿਕਲਾਂ, ਇੱਕ ਤਾਂ ਸਾਨੂੰ ਪਤਾ ਸੀਗਾ ਅਸੀਂ ਬਚ ਰਹੇ, ਬਚ ਰਹੇ, ਜਦੋਂ ਬਚ ਰਹੇ ਅਸੀਂ ਦੇਖਿਆ ਬਹੁਤ ਬੁਰਾ ਹਾਲ ਹੈ। ਫਿਰ ਜਦੋਂ ਅਸੀਂ ਦੇਖੇ ਲੋਕ ਸਮਾਜ ਸੇਵਾ ਕਰਦੇ ਨੇ, ਲੋਕ ਇੱਜ਼ਤ ਵੀ ਕਰਨ ਲੱਗ ਜਾਂਦੇ, ਪਿਆਰ ਦੇਣ ਲੱਗ ਜਾਂਦੇ ਨੇ, ਹੈ ਨਾ। ਫਿਰ ਜਦੋਂ ਸੋਚਦੇ ਹਾਂ ਯਾਰ ਵੀ ਸਭ ਫੋਕੀ ਸ਼ੌਹਰਤ ਨਾਲੋਂ ਤਾਂ ਆਹੀ ਕੁਛ ਕਰਦੀ ਹੈ, ਕੀ ਤਾਂ ਪੁੰਨੀ ਹੋ ਜਾਏ, ਕਿਸੇ ਦੇ 4 ਜਵਾਕ ਹੀ ਵੱਜ ਜਾਣਾ। ਹੁਣ ਤੂੰ ਜਿਹੜੀ ਮਾਂ ਦਾ ਪੁੱਤ ਆ, ਮੈਂ ਤੈਨੂੰ 100 ਬੰਦਿਆਂ ਦੇ ਘਰੇ ਲੈ ਜਾਂਦਾ ਜਿਨ੍ਹਾਂ ਦੇ ਜਵਾਕਾਂ ਨੇ ਨਸ਼ਾ ਛੱਡਿਆ, ਉਹਨਾਂ ਦੀਆਂ ਮਾਵਾਂ ਤਾਂ ਮੈਨੂੰ ਰੱਬ ਮੰਨਦੀਆਂ ਨੇ, ਜਾਂ ਸਾਡੀ ਟੀਮ ਨੂੰ ਰੱਬ ਮੰਨਦੀਆਂ ਨੇ, ਮੈਂ ਤਾਂ ਉਹਨਾਂ ਮਾਵਾਂ ਕਰਕੇ, ਉਹਨਾਂ ਭੈਣਾਂ ਕਰਕੇ, ਜਾਂ ਉਹਨਾਂ ਭਾਈਆਂ ਕਰਕੇ ਤੁਰਿਆ ਫਿਰਦਾ ਜਿਨ੍ਹਾਂ ਨੇ ਛੱਡਤਾ, ਹੈ ਨਾ।
ਤੇ ਜੇ ਆਪਾਂ ਚਾਰ ਬੂਟੇ ਲਾ ਗਏ ਯਾਰ ਹਰੇ ਕਰਕੇ ਕਿਸੇ ਦੇ ਕਰੂੰਬਲ ਬਚ ਗਈ ਤਾਂ ਆਪਾਂ ਉਹ ਦਰਗਾਹੇ ਤੁਰ ਦਰਗਾਹੇ ਆਪਣੀ ਕਿਰਤ ਲੱਗ ਜੂ। ਤੁਰੇ ਐਂ ਫਿਰਦੇ ਕੱਲ੍ਹ ਨੂੰ ਆਪਦੇ ਜਵਾਕ ਵੀ ਡਰ ਹੋਣਗੇ ਭਾਈ ਉਹ ਨਾ ਕਿਤੇ ਨਾੜ 'ਚ ਖਵੋ ਲੈਣ। ਹੁਣ ਘਰ ਘਰ ਤੂੰ ਹਰੇਕ ਪਿੰਡ 'ਚ ਵਗ ਜਾ ਜੇ ਤੈਨੂੰ ਦਸ ਐੱਚ ਆਈ ਵੀ ਏਡਜ ਵਾਲੇ 10 ਐੱਚ ਐਫ ਸੀ ਵਾਲੇ ਜਿਹਨਾਂ ਨੂੰ ਸਟਾਰਟ ਹੋ ਜਾਂਦਾ ਕਾਲੇ ਪੀਲੇ ਤਾਂ ਲੱਗਪਾ ਹਰੇਕ ਪਿੰਡਾਂ 'ਚ। ਸ਼ਹਿਰਾਂ ਦੀ ਗੱਲ ਛੱਡ, ਸ਼ਹਿਰਾਂ 'ਚ ਸ਼ਹਿਰ ਤਾਂ ਸਾਰੀ ਗਲਿਆ ਪਿਆ। ਫਿਰ ਸਾਡੀਆਂ ਭੈਣਾਂ ਵੀ ਹੁਣ ਜਦੋਂ ਸਮੁੰਦਰੀ ਵਗੀ ਜਾਂਦਾ ਦਰਿਆਈ ਵਗੀ ਜਾਂਦਾ ਕੋਈ ਮਰਜ਼ੀ ਬੁੱਕ ਭਰ ਕੇ ਭੇਜ ਵੇਚ ਲਏ ਪਾਪੀ ਲੈ ਹਨਾ। ਫਿਰ ਕਹਿ ਦਿੰਦੇ ਨੇ ਵਾਲੇ ਬੁੱਧੀਜੀਵੀ ਤੁਸੀਂ ਇਹਨਾਂ ਨੂੰ ਸਮਝਾਓ। ਉਹ ਬਾਈ ਯਾਰ ਉਹ ਕਿਵੇਂ ਸਮਝਣਗੇ ਬੱਚੇ ਹੁਣ ਕਿ ਜਦੋਂ ਚੀਜ਼ ਮਿਲ ਰਹੀ ਹੈ ਸ਼ਰੇਆਮ ਮਿਲ ਰਹੀ ਹੈ ਉਹ ਤਾਂ ਸਮਝਦੇ ਨਹੀਂ। ਮਾਰ ਲਓ ਕੁੱਟ ਲਓ ਰੋਕ ਲਓ ਉਹਨਾਂ ਨੂੰ ਕੁੱਟਣ ਦਾ ਹੀ ਫਾਇਦਾ ਨਹੀਂ। ਵਾਲੇ ਮੈਂ ਦੇਖਦਾ ਵੀ ਗਰੀਬਾਂ ਨੂੰ ਕੁੱਟਣਗੇ, ਗਰੀਬਾਂ ਨੂੰ ਜਿਹੜਾ ਬੰਦਾ ਵੇਚਦਾ ਮੇਨ ਹੱਬਾ। ਐਂ ਵੀ ਨਹੀਂ ਕੋਈ ਗਰੀਬ ਗੁਰਬਾ ਅੱਕੇ ਤੋਂ ਘਰੋਂ ਲਿਆ ਕੇ ਕੈਪਸੂਲ ਵੇਚੀ ਜਾਂ ਦੁਕਾਨ ਤੋਂ, ਮੇਨ ਹੱਬਾਂ ਬੰਦ ਕਰੋ। ਜਿਵੇਂ ਆਪਾਂ ਤੁਹਾਨੂੰ ਮੈਂ ਚਲੋ ਵਾਰੀ ਵਾਰੀ ਕਹਿਣਾ ਨਿੱਕ ਨਹੀਂ ਹੁੰਦਾ, ਜਿੰਨੀਆਂ ਆਪਾਂ ਦੁਕਾਨਾਂ ਬੰਦ ਕਰੀਆਂ ਉਹ ਅਰਬਾਂ ਖਰਬਾਂ ਪਤੀ ਨੇ। ਉਹਨਾਂ ਨੇ ਆਪਣੇ ਪੈਸੇ ਵੀ ਦੇ ਚੁੱਕੇ ਨੇ ਮੇਰੇ ਕੋਲ ਵੀਡੀਓਆਂ, ਜੇ ਕਹੇ ਤੁਹਾਨੂੰ ਵੀਡੀਓ ਪਤਾ ਗੱਲ ਕਰੋ ਵੀਡੀਓ ਪਹੁੰਚ ਮੇਰੀ ਆਪਦੀ ਹੇਠੀ ਹੈ ਵੀ ਇੰਨੇ ਇੰਨੇ ਰੁਪਈਏ ਦਿੰਦੇ ਨੇ ਵੀ ਕੋਈ ਝੋਟ ਨਹੀਂ ਪੁਰਾਣੀ ਵੀਡੀਓ ਨਸ਼ਾ ਕਰਦੇ ਲਈ ਜਾਂ ਕੋਈ ਵੀ ਲਿਆ ਦਿਓ ਮੇਰੇ ਕੋਲ ਵੀਡੀਓਆਂ ਨੇ ਗੱਲ ਕਰੋ ਉਹ 'ਚ ਬੰਦੇ ਆਪਦੇ ਸ਼ਾਮਿਲ ਨੇ ਇੱਕ ਦੋ। ਹੁਣ ਕੀ ਉਹ ਮੈਂ ਆਪਦੀ ਕੀ ਹੈ ਝੁੱਟ ਇਹ ਸਭ ਕਰਕੇ ਮਿਲਦਾ ਕੀ ਆ ਜਮਾਂ ਦਿਲ ਨੂੰ ਸਕੂਨ ਚੈਨ ਦੀ ਨੀਂਦ ਪੂਰਾ ਘੈਂਟ ਅਤੇ ਯਾਰ ਆਪਦੇ ਮਾਂ ਪਿਓ ਦੀ ਨਿਗਾਹ 'ਚ ਇੱਜ਼ਤ। ਸਭ ਤੋਂ ਵੱਡੀ ਆਪਦੀ ਮਾਂ ਪਿਓ ਦੀ ਇੱਜ਼ਤ ਅਤੇ ਉਹਨਾਂ ਦੀਆਂ ਨਿਗਾਹਾਂ 'ਚ ਇੱਜ਼ਤ ਆ ਬੱਲੇ ਬੱਲੇ। ਅੱਛਾ ਬੱਲੇ ਬੱਲੇ ਦੀ ਭੁੱਖ ਬੱਲੇ ਬੱਲੇ ਦੀ ਭੁੱਖ ਲਾਲਾ ਯਾਰ ਭੁੱਖਾ ਬੱਲੇ ਬੱਲੇ ਦੀ ਭੁੱਖ ਲਾਲਾ ਤੁਰੇ ਫਿਰਦੇ ਆ ਬਸ ਅਸੀਂ ਤੁਰੇ ਫਿਰਦੇ ਜਿਵੇਂ ਤੁਰਾਂਗੇ ਵੀ ਰਹਾਂਗੇ ਵੀ ਅੰਡ ਤੱਕ ਆਈ ਅਤੇ ਖੱਟ ਕੇ ਕੁਛ ਨਹੀਂ ਜਾਂਦੇ। ਤੂੰ ਆਹ ਗੱਲ ਲਿਖ ਲਈ ਨਾ ਭਾਈ ਰਿਕਾਰਡ ਕਰਕੇ ਰੱਖ ਲਈ ਜਿੱਦੇ ਜਾਵਾਂਗੇ ਉਹਦੇ ਪਤਾ ਲੱਗੂ ਤੈਨੂੰ ਊਂ ਨਹੀਂ ਕੁਛ ਖਾ ਊਂ ਬਥੇਰਾ ਕੁਛ ਆਪਣੇ ਕੋਲ ਆਪਣੇ ਕੋਲ ਕੀ ਤੋੜਾ ਕਿਸੇ ਦਾ ਪ੍ਰਮਾਣ ਦਿੱਤਾ। ਇੱਕ ਚੀਜ਼ ਹੋਰ ਤੁਸੀਂ ਮੇਰੀ ਪਹਿਲੀ ਮੁਲਾਕਾਤ 'ਚ ਇੱਕ ਚੀਜ਼ ਕਿਹਾ ਸੀ ਕਿ ਮਾਨਸਾ ਤਾਂ ਮੈਂ ਨਸ਼ਾ ਮੁਕਤ ਕਰਤਾ, ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨਾ। ਕਾਫੀ ਸਮਾਂ ਹੋ ਗਿਆ ਉਸ ਇੰਟਰਵਿਊ ਨੂੰ, ਹੁਣ ਤੱਕ ਉਹ ਮੁਹਿੰਮ ਕਿੱਥੇ ਪਹੁੰਚੀ ਆ? ਮਤਲਬ ਮਾਨਸਾ ਨੂੰ ਮੰਨ ਸਕਦੇ ਹਾਂ ਕਿ ਮਾਨਸਾ ਦੇ ਵਿੱਚ ਹੁਣ ਭੋਰਾ ਵੀ ਚੱਟਣ ਹੀ ਵਿਕਦਾ? ਮਾਨਸਾ ਯਾਰ ਜੇ ਆਪਣਾ ਲਗਭਗ ਨਸ਼ਾ ਮੁਕਤ ਹੋ ਗਿਆ ਸੀ, ਜਮਾਂ ਹੋ ਗਿਆ ਸੀ, ਹਟ ਗਏ ਸੀ ਨੌਜਵਾਨ, ਖੁਦ ਸਿਆਣੇ ਹੋ ਗਏ ਸੀ ਕਰਨ ਵਾਲੇ। ਉਸ ਤੋਂ ਬਾਅਦ ਕੀ ਹੁੰਦਾ ਜਦੋਂ ਮੈਂ ਅੰਦਰ ਰਹਿਣਾ 2-2.5 ਮਹੀਨੇ, ਉਹ ਤੋਂ ਬਾਅਦ ਆਉਣਾ ਫਿਰ ਤੁਰਦਾ ਫਿਰਦਾ। ਫਿਰ ਇਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਇਹਦਾ ਵੀ ਫਰਜ਼ ਹੈ ਨਾ, ਇਹਨਾਂ ਨੇ ਬਾਈ ਇੰਨਾ ਸਹੀ ਦੇ ਰੱਖੀ ਆ ਨਸ਼ਾ ਵੇਚਣ ਵਾਲਿਆਂ ਨੂੰ ਵੀ ਤੁਸੀਂ ਵੇਚੋ ਜੇ ਝੋਟਾਂ ਦਾ ਫੜ ਕੇ ਡਿੱਗ ਲਓ ਜਾਂ ਝੋਟੇ ਨੂੰ ਉਲਝਾਓ ਖੁੱਲੀਆਂ। ਹੁਣ ਯਾਰ ਸ਼ਰੇਆਮ ਤਾਂ ਵਿਕੀ ਜਾਂਦਾ, ਹੁਣ ਮੈਂ ਲੋਕਾਂ ਦੇ ਘਰਾਂ 'ਚ ਤਾਂ ਕਿਵੇਂ ਵੜ ਜਾਂ, ਲੋਕਾਂ ਨੂੰ ਫੜਤਾ ਕਿਵੇਂ ਲਵਾਂ, ਕਿੰਨੇ ਕੁ ਫੜੀ ਜਾਵਾਂ ਫਿਰ ਅਗਲੇ ਬੈਰ ਪਾਲਦੇ ਨੇ। ਮਾਨਸਾ ਆਪਣਾ ਲਗਭਗ ਜਿਹੜੀ ਨਵੀਂ ਪਨੀਰੀ ਸੀ ਯਾਰ ਲੋਕਾਂ ਦੇ ਜਵਾਕ ਕਰੂੰਬਲਾਂ ਵਰਗੇ ਮਾਮਣੇ ਪਾਲੇ ਨੇ ਉਹ ਮੈਂ ਬਚਾ ਲਏ, ਨਹੀਂ ਲੋਕਾਂ ਦੇ ਮਾਂ ਪਿਓ ਨਹੀਂ ਪਤਾ ਸੀ ਉਹ ਕਿਵੇਂ ਬਚ ਗਏ ਜਦੋਂ ਹਰੇਕ ਦੁਕਾਨ ਤੋਂ ਦੁਕਾਨਾਂ ਦੇ ਨੂੰ ਸ਼ਰੇਆਮ ਮਿਲਣ ਨੂੰ ਹਟ ਗਿਆ। ਹੁਣ ਗਾਹਾਂ ਨੂੰ ਇਹ ਪੈਰਲ ਰੱਖ ਲਿਆ ਅੱਗੇ ਵੇਚਣ ਵਾਸਤੇ, ਗਰੀਬ ਘਰਾਂ ਦੇ ਬੱਚੇ ਉਹ ਜਿਹੜਾ ਹੁਣ ਪੱਕਾ ਅਮਲੀ ਹੁੰਦਾ ਉਹਦਾ ਭਾਰ ਲੈਂਦਾ ਉਹਦਾ ਟਿੱਬਿਆਂ ਦੀ ਵਗ ਜੂਗਾ। ਜਿਹੜੇ ਹੁਣ ਨਵੀਂ ਪਨੀਰੀ ਤਿਆਰ ਹੋਣੀ ਸੀ ਉਹ ਤਾਂ ਨਹੀਂ ਹੋ ਰਹੀ, ਬਹੁਤ ਘੱਟ ਰੇਅਰ ਚਾਂਸ ਹੈ। ਅੱਗੇ ਹਰੇਕ ਜਣੇ ਹੁਣ ਸਕੂਲ ਵਾਲੇ ਨੂੰ ਬੱਚੇ ਨੂੰ ਐਂ ਪਰਿਵਾਰ ਹੁੰਦਾ ਕੈਪਸੂਲਾਂ ਦਾ ਚੱਟਿਆਂ ਦਾ, ਹੁਣ ਕੀ ਕਹਿਣਾ ਵਿਕੀ ਤਾਂ ਜਾਂਦਾ ਬਹੁਤ ਚੋਰੀਓਂ ਡਰ ਨਾਲ। ਬਟ ਯਾਰ ਪ੍ਰਸ਼ਾਸਨ ਦਾ ਕੁਛ ਤਾਂ ਹੈਗੀ ਆ ਨਾ ਜ਼ਿੰਮੇਵਾਰੀ, ਹੁਣ ਸਾਰਾ ਕੁਛ ਥੋੜ੍ਹੀ ਸਾਡੇ ਵਰਗਿਆਂ ਨਹੀਂ ਕਰਨਾ, ਕਰਾਂਗੇ ਜ਼ਰੂਰ ਫਿਰ ਉਹੀ ਕੁਛ ਕਰਾਂਗੇ, ਡਾਂਗ ਚੱਕਾਂਗੇ। ਗੱਲ ਕਰ ਯਾਰ ਆਪਾਂ ਨੂੰ ਡਾਂਗ ਸਰਕਾਰ ਚੱਕਣੀ ਦੇ ਰਹੀ, ਕਿਵੇਂ ਚੱਕ ਲਈਏ ਚੱਕ ਕਿਵੇਂ ਚੱਕ, ਤੂੰ ਆਪ ਦੱਸ ਕਿਵੇਂ ਚੱਕਣ ਤੂੰ, ਬਾਹਰ ਨਹੀਂ ਨਿਕਲ ਦਿੰਦੇ। ਲੈ ਮੈਂ ਕੱਲ੍ਹ ਪਰਸੋਂ ਨੂੰ ਫਿਰ ਸ਼ੁਰੂ ਕਰੂੰਗਾ ਕੰਮ, ਦੂਰੀ ਬਾਰ ਪੂਰਾ ਜੱਚ ਕੇ ਦੇਖ ਲਈ ਤੇਰੇ ਸਾਹਮਣੇ ਫਿਰ ਪਰਚੇ ਪਾ ਦੇਣਗੇ। ਉਦੋਂ ਬਾਅਦ ਉਸ ਪਰਚਿਆਂ ਤੋਂ ਬਾਅਦ 3 ਪਰਚੇ ਮੇਰੇ 'ਤੇ ਹੋਰ ਪਾਤੇ, ਉਹ ਪਰਚੀਆਂ ਤੋਂ ਜਿੰਨਾ ਪਰਚੇ 'ਚੋਂ ਮੈਂ ਅੰਦਰ ਆਇਆ ਉਹ ਪਰਚੇ ਚੱਲੀ ਜਾਂਦੇ ਨੇ ਹਾਲੇ, ਹਨਾ ਜਿੰਨਾ 'ਚ ਬਾਹਰ ਆਇਆਗਾ ਜਮਾਨਤ 'ਤੇ ਆਇਆ ਮੰਨ ਲਾ, ਹਨਾ 3 ਪਰਚੇ ਹੋਰ ਪਾਤੇ ਉਦੋਂ ਬਾਅਦ। ਕਿਸ ਚੀਜ਼ ਦੇ ਨੇ?
ਬਸ ਆਹੀ ਵੀ ਮੈਂ ਪਿੰਡਾਂ 'ਚ ਗਿਆ ਸੀ ਉੱਥੇ ਕਿਸੇ ਇੱਕ ਤਾਂ ਬੁਰਜਮਾਨ ਸਾ 18 ਬੰਦਾ ਅਤੇ ਉਹਨਾਂ ਦੇ ਪਾਤਾ ਵੀ ਚਿੱਟਾ ਫੜਨ ਵਾਲੇ ਦੇ ਇਸਤਗਾਸਾ ਪਾਤਾ ਵੀ ਸਾਡੇ ਘਰ ਆ ਕੇ ਧੱਕਾ ਕਰਿਆ ਝੋਟੇ ਨਾ ਬੁਰਜਮਾਨ ਸਾ ਦਾ ਪਾਰਕ ਹੈ, ਇੱਕ ਇੱਕ ਮੋੜਾਂ ਦਾ ਪਾਰਕ ਹੈ, ਇੱਕ ਤਿੰਨ ਇੱਕ ਦੋ ਇਸਤਗਾਸੇ ਲਾਏ ਹੋਏ ਨੇ ਦੁਕਾਨਾਂ ਵਾਲਿਆਂ ਨੇ, ਉਹ ਹਜੇ ਆਉਣਗੇ ਹੁਣ ਇਹ ਚੀਜ਼। ਹਾਂ ਸੱਤ ਪਰਚੇ ਆਪਾਂ ਖੱਟ ਲਏ, ਜਿਹੜੀ ਤੂੰ ਕਹਿਣਾ ਕੀ ਖੱਟਿਆ, ਸੱਤ ਪਰਚੇ ਖੱਟ ਲਏ। ਆਪਾਂ ਨੂੰ ਕਦੇ ਕਦੇ ਲੱਗਦਾ ਵੀ ਯਾਰ ਪਰਚੀ ਪੱਲੇ ਪਏ ਆ ਤੱਕ ਇਸ ਚੀਜ਼ ਨੂੰ ਛੱਡ ਹੀ ਦੇਈਏ, ਕਿਉਂ ਐਵੇਂ ਪੰਗੇ ਲੈਣ, ਜਿਵੇਂ ਤੁਸੀਂ ਕਿਹਾ ਕਿ ਇਹੀ ਕਿਹਾ ਜਾਂਦਾ ਕਿ ਜਿਵੇਂ ਤੁਸੀਂ ਕਹਿੰਦੇ ਪ੍ਰਸ਼ਾਸਨ ਵੱਲੋਂ ਕਿ ਇਹੀ ਕਹਿ ਦਿੱਤਾ ਜਾਂਦਾ ਕਿ ਜਾਂ ਤਾਂ ਇਹਨੂੰ ਘੇਰ ਲਓ ਜਾਂ ਇਹਨੂੰ ਕਿਸੇ ਤਰ੍ਹਾਂ ਦੇ ਨਾਲ ਉਲਝਾ ਲਓ, ਆਪ ਨੂੰ ਲੱਗਦਾ ਕਿ ਛੱਡ ਦਈਏ ਆਪਾਂ ਕੀ ਲੈਣਾ, ਕਿਉਂ ਛੱਡ ਦਈਏ ਜਮਾਂ ਨਹੀਂ ਛੱਡ ਦੇ। ਜਦੋਂ ਹੁਣ ਭਾਈ ਸਿਰ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਇਹ ਤਾਂ ਉਖਲੀ 'ਚ ਸਿਰ ਦਿੰਦੇ ਨਾ, ਹੁਣ ਜਦੋਂ ਉਖਲੀ ਸਿਰ ਦੇ ਫਿਰ ਮੋਲਾ ਦਾ ਗੇਟ 7 or 17 ਹੋਰ ਪਾ ਦੇਣਾ ਤਾਂ ਇਹ ਸਿਰਾ ਹੀ ਜਾਵਾਂਗੇ, ਵੱਧੋ ਵੱਧ ਕੀ ਕਰਨਗੇ ਯਾਰ, ਵੱਧੋ ਵੱਧ ਮਰਵਾ ਦੇਣਗੇ, ਜੇਲ੍ਹ 'ਚ ਕੁਛ ਦਵਾ ਦੇਣਗੇ, ਕੀ ਹੋ ਜੂਗਾ ਹਨਾ। ਚਿਹਰੇ 4 ਹੋਰ ਬਚਾ ਕੇ ਅਗਲੇ ਦੀ ਮਾਂ ਤਾਂ ਦੁਆਵਾਂ ਦਿਊ। ਮੈਂ ਤਾਂ ਬਸ ਯਾਰ ਇੱਕ ਗੱਲ ਕਹਿਣਾ, ਦੇਖੋ ਨਸ਼ਾ ਵੀ ਨੌਜਵਾਨਾਂ ਨੂੰ ਯਾਰ ਜਦੋਂ ਤੁਸੀਂ ਖਾਂਦੇ ਹੋ ਜਾਂ ਤੁਹਾਨੂੰ ਕੋਈ ਖਵਾਉਂਦਾ ਇਹ ਬਹੁਤ ਮਾੜੀ ਚੀਜ਼ ਹੈ, ਇਹ ਜ਼ਹਿਰ ਹੈ, ਬਾਈ ਬਣ ਕੇ ਅੰਗਤ ਨਾ ਤਰੋ। ਤੁਹਾਡੀ ਜਵਾਨੀ ਆ, ਗਰਾਊਂਡਾਂ 'ਚ ਜਾਓ, ਖੇਡੋ, ਛਾਲਾਂ ਮਾਰੋ, ਕੁੱਲ ਚੀਜ਼ ਇੰਜੋਏ ਕਰੋ। ਤੁਸੀਂ ਖੁਦ ਖੁਦ ਜਿਹੜਾ ਆਮਲੀ ਹੁੰਦਾ ਉਹ ਜੋਧੀ ਹੁੰਦਾ, ਜੋ ਖੁਦ ਯਾਰ ਟੀਕਾ ਲਾ ਲਿਆ ਆਪਦੇ, ਦੇਖ ਗੱਲ ਸੁਣੋ, ਜਿਹੜਾ ਖੁਦ ਟੀਕਾ ਲਾ ਲਿਆ ਜਾਂ ਖੁਦ ਜ਼ਹਿਰ ਦੀਆਂ 7 ਗੋਲੀਆਂ ਪੱਕਾ ਮਾਰ ਲਏ, ਕਿੱਡਾ ਵੱਡਾ ਜਿਗਰਾ ਉਹ ਬੰਦੇ ਦਾ ਹਨਾ। ਉਹ ਯਾਰ ਬਾਈ ਤੁਸੀਂ ਮੁੜ ਜਾਓ ਇਹ ਕੰਮੋਂ, ਪਹਿਲ ਤਾਂ ਤੁਹਾਡੀ ਆ, ਦੇਖੋ ਆਪਾਂ ਘਰੋਂ ਲਿਆ ਕੇ ਪੈਸਾ ਅਗਲੇ ਨੂੰ ਦਿੰਦੇ ਹਾਂ, ਪਹਿਲ ਤਾਂ ਆਪਾਂ ਕਰਦੇ ਹਾਂਗੇ, ਨਸ਼ਾ ਬੜਾਵਾ ਤਾਂ ਆਪਾਂ ਕਰਦੇ ਹਾਂ, ਮਾਂ ਪਿਓ ਨੂੰ ਪਤਾ ਮੇਰਾ ਬੱਚਾ ਨਸ਼ੇ ਕਰਦਾ, ਉਹ ਬੱਚੇ ਮਗਰ ਡਾਂਗ ਲੈ ਕੇ ਕਿਉਂ ਨਹੀਂ ਜਾਂਦਾ ਆਪਦੇ ਮਗਰ, ਜਾਂ ਜਿਹੜਾ ਪਿੰਡ ਦੇ ਪੈਂਚ ਸਰਪੰਚ ਨੇ ਉਹ ਵੀ ਧਿਆਨ ਦੇਣਾ। ਸਰਕਾਰਾਂ ਤਾਂ ਯਾਰ ਆਹ ਤਾਂ ਜਮੀ ਇਹ ਤਾਂ ਜਿਹੜਾ ਭਗਵੰਤ ਮਾਨ ਨਾ, ਇਹਨੇ ਤਾਂ ਜਮਾਂ ਕੀ ਕਹੇਗਾ ਪੰਜਾਬ ਨੂੰ ਵੇਚਤਾ, ਇਹ ਵਿੱਚ ਇਹ ਬੀਜੇਪੀ ਦੀ ਵੀ ਟੀਮ ਹੈ ਬੰਦਾ, ਬੀਜੇਪੀ ਦੀ ਇਹ ਵੀ ਟੀਮ ਹੈ, ਸਾਰਾ ਕੁਛ ਰਾਹ ਪੱਧਰਾ ਕਰਕੇ ਕਹਿੰਦਾ। ਤੂੰ ਆਉਣ ਵਾਲਾ ਸਮਾਂ ਦੇਖੀ, ਬੀਜੇਪੀ ਦਾ ਘਰ ਘਰ ਟੱਲ ਖੜਕੂਗਾ, ਇਹੋ ਜਿਹਾ ਲੋਕ ਕਹਿੰਦੇ ਯਾਰ ਕੀ ਕੀ ਯਾਰ ਆਪਾਂ ਕਿੱਧਰ ਨੂੰ ਜਾਈਏ। ਫਿਰ ਜੇ ਮੈਂ ਕਹਿ ਦੂੰਗਾ ਫਲਾਨਾ ਚੰਗਾ ਉਹਨਾਂ ਦਾ ਬੰਦਾ, ਮੈਂ ਤਾਂ ਕਿਸੇ ਦਾ ਬੰਦਾ ਨਹੀਂ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਬੰਦਾ, ਢੂਹੀ ਨਹੀਂ ਮਾਰਦੀ ਪੰਜਾਬ ਉਹਨਾਂ ਨੇ ਪੱਟਿਆ, ਪੰਜਾਬ ਉਹਨਾਂ ਨੇ ਪੱਟਿਆ, ਆਪਣੇ ਯੋਧਿਆਂ ਨੇ ਇਨਕਾਊਂਟਰ ਕਰਵਾਏ ਨੇ, ਧੋਖੇ ਕਰੇ ਨੇ, ਮਾਫੀਆਂ ਦਿੱਤੀਆਂ ਨੇ, ਹੁਕਮਨਾਮੇ ਉਹ ਕਰੇ ਨੇ, ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਕਰਾਈਆਂ ਹੈ, ਦੂਜੇ ਨੇ ਤਾਂ ਆਪਣੇ ਹਰਿਮੰਦਰ ਸਾਹਿਬ 'ਤੇ ਅਟੈਕ ਕਰਿਆ ਸੀ, ਉਹ ਤੋਂ ਅੱਕ ਕੇ ਇਹਨੂੰ ਵੋਟਾਂ ਪਾਈਆਂ ਸੀ ਵੀ ਇਹਦੀਆਂ ਗੱਲਾਂ ਸੁਣ ਕੇ ਇਹਦੀਆਂ ਗੱਲਾਂ 'ਚ ਆ ਗਏ ਸੀਗੇ ਹਨਾ। ਯਾਰ ਹੁਣ ਕੀ ਕਰੀਏ ਫਿਰ, ਕੋਈ ਆਸਰੀ ਨਹੀਂ। ਇਹ ਕੀ ਕਹਿੰਦਾ ਹੁੰਦਾ, ਇੱਕ ਮੈਂ ਵੀਡੀਓ ਦੇਖੀ, ਕਹੀ ਜਾਵੇ ਜਦੋਂ ਕਿਸੇ ਦੀ ਮਾਂ ਬੱਚਾ ਮਰਦਾ ਮੇਰੀਆਂ ਭੁੱਬਾਂ ਨੁਕਲਦੀਆਂ। ਹੁਣ ਯਾਰ ਬੱਚੇ ਮਰ ਨਹੀਂ ਰਹੇ, ਦੱਸ ਯਾਰ ਤੂੰ ਦੱਸ, ਬੱਚੇ ਮਰ ਨਹੀਂ ਰਹੇ, ਮਰ ਨਹੀਂ ਰਹੇ, ਨਸ਼ਾ ਹੋ ਨਹੀਂ ਰਿਹਾ, ਮੈਨੂੰ ਦੀਂਦਾ। ਮੈਂ ਆਪਦੇ ਸਰੀਰ ਨੂੰ ਇੱਕ ਤਰ੍ਹਾਂ ਦਾ ਰੋਗ ਹੀ ਹੈ, ਦਿਨ ਰਾਤ ਦੀ ਨਾ ਮੈਨੂੰ ਕਹਿ ਦਿੰਦੇ ਨੇ ਯਾਰ ਝੋਟੇ ਬੰਦ ਨਹੀਂ ਹੋਣਾ, ਤੂੰ ਐਵੇਂ ਤੜਫਦਾ ਫਿਰਦਾ। ਮੈਂ ਤੜਫਦੇ ਨਹੀਂ, ਚੱਲ ਜਿੰਨਾ ਕੁਛ ਕਰਾਂਗੇ ਕਰਾਂਗੇ ਤਾਂ ਹੈਗੇ, ਬਹੁਤ ਕੁਛ ਕਰ ਲਿਆ, ਇੱਕ ਤਰ੍ਹਾਂ ਦੀ ਕ੍ਰਾਂਤੀ ਉੱਠੀ ਸੀਗੀ, ਫਿਰ ਕ੍ਰਾਂਤੀ ਉੱਠੀ ਆ, ਫਿਰ ਲੋਕਾਂ ਨੂੰ ਜਗਾਵਾਂਗੇ, ਲੋਕ ਫਿਰ ਜਾਗਣਗੇ, ਸੱਚੇ ਸੁੱਚੇ ਲੋਕ। ਹੁਣ ਗੱਲ ਕਰ ਸਿਰ ਦੇ ਰਾਜਨੀਤੀ ਵਾਲਣ, ਹੁਣ ਬਸ ਫਿਰ ਸਵਾਦ ਹੈ ਵੀ ਬੰਦਾ ਐਂ ਹੋਵੇ ਬਸ, ਸਿਰ ਸਿੱਟ ਕੇ ਬਾਬੇ ਨਾਨਕ ਦਾ ਨਾਂ ਲੈ ਕੇ ਉਹਦੇ ਉਹਦੇ ਰਾਜਾ ਨੂੰ ਸਹੀ ਹੁੰਦਾ। ਹੈਗੇ ਨੇ ਬੰਦੇ ਬਹੁਤ ਹੈਗੇ ਨੇ ਯਾਰ, ਗੱਲ ਕਰ ਉਹ ਵਿਚਾਰੇ ਫਿਰ ਕਿਸੇ ਕਾਰਨ ਸਭ ਕੁਛ ਛੱਡ ਦਿਓ, ਤਿਆਗ ਦਿਓ, ਕੁਛ ਨਹੀਂ, ਮੌਤ ਦਾ ਖਤਰਾ ਹੈਗਾ ਯਾਰ, ਇਕੱਲਾ ਚੱਲੇ ਜਾਓ ਬਸ, ਗੋਲਡ ਮੈਡਲ ਹੈ। ਜਿਵੇਂ ਤੁਸੀਂ ਗੱਲ ਕਰਿਆ ਕਿ ਉਲਝਾਉਣ ਦੀਆਂ ਵੀ ਕੋਸ਼ਿਸ਼ਾਂ ਹੁੰਦੀਆਂ ਨੇ, ਫਿਰ ਉਲਝਾਇਆ ਵੀ ਜਾਂਦਾ ਉਹਨਾਂ ਦੇ ਵੱਲੋਂ ਜਿਹੜੇ ਇਹ ਚੀਜ਼ ਵੇਚਦੇ ਆ, ਤਸਕਰੀ ਕਰਦੇ ਆ, ਉਲਝਾਇਆ ਵੀ, ਕੋਸ਼ਿਸ਼ਾਂ ਵੀ ਹੁੰਦੀਆਂ। ਤੁਸੀਂ ਮੈਨੂੰ ਆਫ ਦੀ ਰਿਕਾਰਡ ਇਹ ਵੀ ਕਹਿ ਰਹੇ ਸੀ ਕਿ ਪੁਲਿਸ ਵਾਲੇ ਕਹਿੰਦੇ ਕਿ ਆਪਦਾ ਧਿਆਨ ਰੱਖਿਆ ਕਰ। ਅੱਜ ਹੀ ਕਹਿ ਕੇ ਗਏ ਨੇ ਸਵੇਰੇ ਤੇਰੇ ਕੋਲ ਆਉਣ ਤੋਂ ਪਹਿਲਾਂ 5 ਮਿੰਟ ਵੀ ਤੂੰ ਹੁਸ਼ਿਆਰ ਰਹਿ, ਤੂੰ ਆਪਦਾ ਹੋ ਰਹਿ, ਐਕਟਿਵ ਰਹਿ। ਉਹ ਬੰਦੇ ਮੋਹ ਵੀ ਕਰਦੇ ਨੇ ਵਿਚਾਰੇ ਆਪਣੇ ਨਾ, ਵੀ ਉਹਨਾਂ ਨੂੰ ਕਹਿ ਦਿੰਦੇ ਨੇ ਅਸੀਂ ਐਂ ਕਰ ਦਾਂਗੇ ਝੋਟੇ ਜਿਹੜੇ। ਹੁਣ ਯਾਰ ਹਰੇਕ ਜੇਲ੍ਹ 'ਚੋਂ ਆਇਆ ਕੱਲ੍ਹ ਬੰਦੇ ਸਾਨੂੰ ਕਹਿ ਰਹੇ, ਜੇਲ੍ਹ 'ਚ ਕਹਿ ਰਹੇ ਅਸੀਂ ਝੋਟੇ ਨੂੰ ਤਾਂ ਜਵਾਕਾਂ ਦਾ ਕੁਛ ਨਹੀਂ ਕਰਦੇ, ਝੋਟੇ ਨੂੰ ਅਸੀਂ ਛੱਡਦੇ ਨਹੀਂ। ਜਿਹੜੇ ਹੁਣ ਜੇਲ੍ਹਾਂ 'ਚ ਹੁਣ ਕਿਸੇ ਨੂੰ ਕੀ ਪਤਾ ਕਿੰਨੀਆਂ ਜੇਲ੍ਹਾਂ ਭਰੇ ਬੈਠੇ ਆਪਾਂ ਬਲੈਕੀਆਂ ਦੀਆਂ,
ਹਨਾ ਉਹ ਕਦੇ ਬਾਹਰ ਆਉਣਗੇ ਜਦੋਂ ਕਿਹਾ ਜ਼ਮਾਨਤ ਉਹਦੀ ਕਰਵਾ ਦਿੰਦੇ ਇੱਕ ਨਾਲ ਪਰਚੇ ਨਹੀਂ ਲਾਉਂਦੇ ਸੱਤਵੇਂ ਦਿਨ ਅੱਠਵੇਂ ਦਿਨ ਜ਼ਮਾਨਤ ਹੋ ਜਾਂਦੀ ਆ ਕੋਈ ਮਹੀਨੇ ਬਾਅਦ ਹੋਜੂ ਕੋਈ ਦੋ ਮਹੀਨੇ ਬਾਅਦ ਹੋਜੂ ਹਾਲੇ ਤਾਂ ਉਹ ਜੇਲ੍ਹਾਂ 'ਚ ਨੇ ਜਦੋਂ ਆਉਣਗੇ ਉਦੋਂ ਪਤਾ ਲੱਗੂ ਕੀ ਕਰਦੇ ਆ ਕੀ ਕਰਦੇ ਨੇ ਜਾਂ ਪੰਗਾ ਜਿਹਦਾ ਹੁਣ ਆਪਾਂ ਨਸ਼ਾ ਬੰਦ ਕਰਾ ਛੱਡਿਆ ਜਮਾਂ ਬੰਦ ਕਰਾ ਛੱਡਿਆ ਜਿਹੜਾ 10 ਲੱਖ ਦੀ ਸੇਲ ਕਰਦਾ ਸੀ 4 ਘੰਟਿਆਂ 'ਚ ਉਹ ਹੁਣ ਆਪਣੇ ਨਾਲ ਕਿਵੇਂ ਭਲੀ ਗੁਜ਼ਾਰੂ ਜਾਂ ਆਪਾਂ ਨੂੰ ਕਿਵੇਂ ਚੰਗਾ ਕਹਿ ਦੂਗਾ ਫਿਰ ਲੋਕ ਕਹਿ ਦਿੰਦੇ ਰਹੇ ਪਹਿਲਾਂ ਇਹ ਤੂੰ ਚੱਲ ਉਹ ਤਾਂ ਗੱਲਾਂ ਨੋਰਮਲ ਬਲੇਮ ਵੀ ਇਹ ਪੇਜ ਮੋਨੋਟਾਈਜ਼ਾਂ ਦੇ ਮਾਰੇ ਆਹ ਤੇਰੇ ਸਾਹਮਣੇ ਆ ਪੇਜ ਦੇਖ ਲੈ ਮੈਂ ਤਾਂ ਕੋਈ ਮੈਨੂੰ ਤਾਂ ਮੋਨੋਟਾਈਜ਼ਾਂ ਦਾ ਹਿਸਾਬ ਨਹੀਂ ਨਾ ਕੋਈ ਲੋੜ ਆ ਹਨਾ ਫਿਰ ਬਾਲੇ ਕਹਿ ਦਿੰਦੇ ਸੀ ਇਹ ਲੀਡਰੀ 'ਚ ਜਾਣ ਨੂੰ ਫਿਰਦੇ ਨੇ ਕਿਸੇ ਲੀਡਰੀ 'ਚ ਜਾਂਦੇ ਥੁੱਕਦੇ ਨਹੀਂ ਲੀਡਰੀ ਦੇ ਭਰਾਵਾ ਸਿੱਧੀ ਸਾਫ਼ ਜੀ ਗੱਲ ਆ ਸਪਸ਼ਟ ਜਾਵਾਂ ਹੈਂ ਫਿਰ ਹੋਰ ਕੀ ਗੱਲ ਆ ਗਈ ਸੀ ਜਾਂ ਇਹ ਕਹਿੰਦੇ ਪੈਸਾ ਕਮਾਉਣ ਦੇ ਮਾਰੇ ਕਹਿੰਦੇ ਸੀ ਕੋਈ 1 ਰੁਪਿਆ ਹਜੇ ਤੱਕ ਕਮਾਇਆ ਨਹੀਂ ਅੱਜ ਦੀ ਘੜੀ ਤੱਕ ਹਨਾ ਹੁਣ ਤੱਕ ਜਮਾਂ ਸਾਫ਼ ਹੈ ਆਉਣ ਵਾਲੀ ਘੜੀ ਬਾਬੇ ਨਾਨਕ ਨੂੰ ਪਤਾ ਜਿੱਦੇ ਦੇ ਲੱਗੇ ਆ ਕਮਾ ਜਿੰਨਾ ਮਰਜ਼ੀ ਲੈਂਦਾ ਜਿੰਨਾ ਮਰਜ਼ੀ ਲਵਾਂ ਹੱਕ ਜਿਵੇਂ ਮਰਜ਼ੀ ਕਮਾ ਲਾਂ ਗੱਲ ਕਰਨਾ ਆਪਾਂ ਤਾਂ ਕਾਲ ਮੂੰਹ ਕਲਖ ਲੈ ਕੇ ਜਾਣੀ ਨਹੀਂ ਯਾਰ ਇੱਕ ਉਹਨੂੰ ਸਿੱਧਾ ਜਵਾਬ ਦੇਣਾ ਜਾ ਕੇ ਤੁਰ ਦਰਗਾਹੀ ਵੀ ਆਵਾਂ ਸੱਚੇ ਹੋ ਕੇ ਆਏ ਹਾਂ ਹਨਾ ਬਾਲੇ ਹੁਣ ਲਾ ਦਿੰਦੇ ਨੇ ਇਲਜ਼ਾਮ ਵੀ ਫਲਾਨਾ ਬੰਦਾ ਇੰਨੇ ਪੈਸੇ ਖਾ ਗਿਆ ਫਲਾਨਾ ਇੰਨੇ ਖਾ ਗਿਆ ਮੇਰੇ 'ਤੇ ਲਾਵੇ ਕੋਈ ਮੇਰਾ ਸਾਲਾ ਦੁਬਾਰੇ ਸ਼ੁਰੂ ਕਰਨੇ ਫਿਰ ਡਾਂਗ ਉਵੇਂ ਚੱਕੋਗੇ ਉਵੇਂ ਭੂਪਣਾ ਚੱਕੋ ਡਾਂਗ ਤਾਂ ਪੱਤਰ ਹੀ ਨਹੀਂ ਕੌਣ ਕਹਿੰਦਾ ਡਾਂਗ ਧਰਤੀ ਗੱਲ ਕਰ ਫਿਰ ਹੁਣ ਲੋਕਾਂ ਸਾਹਮਣੇ ਹੁਣ ਡਾਂਗ ਯਾਰ ਕਿਵੇਂ ਕਰਦਾ ਮੈਂ ਫਿਰ ਪੰਗਾ ਪੈ ਜਾਂਦਾ ਡਾਂਗ ਨਹੀਂ ਧਰੀ ਡਾਂਗ ਤਾਂ ਰੋਜ਼ ਕਿਤੇ ਨਾ ਕਿਤੇ ਖੜਕਾ ਕੇ ਆਈ ਸੀ ਡੇਲੀ ਮੋਢੇ 'ਤੇ ਆ ਡਾਂਗ ਕਿੱਥੇ ਧਰਤੀ ਡਾਂਗ ਨਹੀਂ ਧਰੀ ਨਾ ਇਹ ਤਾਂ ਵਹਿਮ ਹੈ ਹੁਣ ਲੋਕਾਂ ਨੂੰ ਪੁੱਛ ਕੇ ਦੇਖੇ ਇਹਨਾਂ ਦੇ ਪੁੱਤ ਬੱਚੇ ਨੇ ਮਾਵਾਂ ਦੇ ਸ਼ਹਿਰ 'ਚ ਜਾਂ ਜਿਹੜੇ ਵੇਚਦੇ ਸੀ ਉਹਨਾਂ ਨੂੰ ਪੁੱਛ ਕੇ ਦੇਖ ਕਹਿੰਦੇ ਗੇੜਾ ਲਾ ਮੇਰੇ ਨਾਲ ਸ਼ਹਿਰ 'ਚ ਕਿਵੇਂ ਭੱਜ ਕੇ ਅੰਦਰ ਵੜਨਗੇ ਖੁੱਡਿਆਂ 'ਚ ਹੁਣ ਬਾਹਰ ਅੰਦਰ ਯਾਰ ਧੁੰਦ ਧੰਦ ਸੀ ਇੱਕ ਸਾਧਨਾ ਸੁਧਨਾ ਦੀ ਕਮੀ ਹੋ ਜਾਂਦੀ ਹੈ ਹਨਾ ਅਤੇ ਇੱਕ ਆਪਣੇ ਬੰਦੇ ਵਿਚਾਰੇ ਕੰਮ ਧੰਦਾ ਵਾਲੇ ਨੇ ਸਾਰੇ ਯਾਰ ਹਨਾ ਫਿਰ ਰੋਜ਼ ਰੋਜ਼ ਹੁਣ ਜਦੋਂ ਵਿਹਲੇ ਹੁਣ ਵਿਹਲੇ ਹੋਏ ਹਾਂ ਹੁਣ ਫਿਰ ਚਲਾਵਾਂਗੇ ਟਰੈਵਲਰ ਫਿਰ ਲੋਕ ਆਪ ਹੀ ਜਾਗ ਜਾਣਗੇ ਆਪ ਹੀ ਡਾਂਗਾਂ ਚੱਕਣਗੇ ਲੋਕਾਂ ਦਾ ਕੰਮ ਅਸਲ 'ਚ ਇਹ ਮੇਰਾ ਮੈਨੂੰ ਕਹਿਣਗੇ ਝੋਟੇ ਕੰਮ ਠੰਡਾ ਹੋ ਗਿਆ ਤੂੰ ਜ਼ਿਆਦਾਤਰ 80% ਬੰਦੇ ਮੈਨੂੰ ਪਤਾ ਕੀ ਮਿਲਦੇ ਨੇ ਝੋਟੇ ਕਿਵੇਂ ਕੰਮ ਠੰਡਾ ਕਰਤਾ ਉਹ ਮਹਾਂ ਮੇਰਾ ਕੰਮ ਥੋੜ੍ਹੀ ਮੇਰਾ ਕੰਮ ਤਾਂ ਮੈਂ ਹਿੱਸਾ ਰੱਖਣਾ ਹੈ ਮੇਰਾ ਕੰਮ ਤਾਂ ਆਪਦਾ ਜਵਾਕ ਖੜਾਉਣਾ ਜਾਂ ਪਾਲਣਾ ਇਹ ਮੇਰਾ ਕੰਮ ਥੋੜ੍ਹੀ ਹੈ ਫਿਰ ਮੈਨੂੰ ਐਂ ਹੁੰਦਾ ਯਾਰ ਚੱਲ ਬੰਦੇ ਆਸ ਕਰਦੇ ਨੇ ਨਾ ਮਹਾਂ ਨਹੀਂ ਠੰਡਾ ਨਹੀਂ ਕਰਦੇ ਪਰਵਾਹ ਨਾ ਕਰੋ ਤੁਸੀਂ ਤੱਤੇ ਰਹੋ ਝੋਟੇ ਸਮਾਂ ਤਾਂ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਮੇਰੇ ਨਾਲ ਪਰਵਿੰਦਰ ਸਿੰਘ ਝੋਟਾ ਹੋ ਰਹੀ ਸੀ ਮੈਂ ਝੋਟੇ ਨੇ ਗੱਲ ਕਰੀ ਹੈ ਕਿ ਬੜੇ ਲੋਕ ਮੈਨੂੰ ਮਿਲਦੇ ਨੇ ਮੈਨੂੰ ਕਹਿੰਦੇ ਨੇ ਕਿ ਕੰਮ ਠੰਡਾ ਹੋ ਗਿਆ ਤਾਂ ਅਸੀਂ ਵੀ ਸੋਚਿਆ ਕਿ ਜਾ ਕੇ ਪੁੱਛਿਆ ਜਾਵੇ ਕੀ ਗੱਲ ਪਈ ਜੇਲ੍ਹ ਤੋਂ ਬਾਅਦ ਇਹੋ ਜਿਹਾ ਕਿਹੜਾ ਅਜਿਹਾ ਡਰ ਪੈ ਗਿਆ ਜਾਂ ਐਸਾ ਕਿਹੜਾ ਜਿਹੜਾ ਕਿਸੇ ਨੇ ਡਰਾਵਾ ਦਿੱਤਾ ਜਾਂ ਕਿਸੇ ਨੇ ਧਮਕਾ ਦਿੱਤਾ ਕਿ ਭਾਈ ਇਹ ਚੀਜ਼ਾਂ ਆਉਂਦੀਆਂ ਬੰਦ ਕਰ ਦੇ ਪਰ ਝੋਟਾ ਕਹਿੰਦਾ ਨਹੀਂ ਡਰੇ ਤਾਂ ਡਰੇ ਜਿਹੜਾ ਹੈਗਾ ਕਿਸੇ ਤੋਂ ਨਹੀਂ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰੇ ਜਿਵੇਂ ਪਿੰਡੋ ਪਿੰਡੀ ਜਾ ਕੇ ਪਹਿਲਾਂ ਹੋਕੇ ਦਿਆ ਕਰਦੇ ਸੀ ਜਿਵੇਂ ਪਿੰਡੋ ਪਿੰਡੀ ਜਾ ਕੇ ਪਹਿਲਾਂ ਵੀ ਨਸ਼ੇ ਬੰਦ ਕਰਨ ਦੀ ਮੁਹਿੰਮ ਚਲਾਈ ਸੀ ਉਸੇ ਤਰ੍ਹਾਂ ਹੀ ਜਾਰੀ ਰਹੂਗੀ ਜੁੜੇ ਰਹੋ ਆਰ ਐਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ।